ਆ ਟਾਇਰ 16 ਨਾਲ 30 ਦੇ ਪਾਏ ਆ ਅੱਛਾ ਪੱਲੋਂ ਇਹਨੇ 14 ਦੇ ਆਏ ਸੀਗੇ ਉਸ ਤੋਂ ਬਾਅਦ ਆਪਾਂ ਪਾਏ ਫੇ ਅਪੋਲੋ ਦੇ ਤੇ ਉਹ ਵੀ ਗਰਮ ਹੋ ਕੇ ਪਾੜ ਗਏ ਉਸ ਤੋਂ ਬਾਅਦ ਪਾਏ MRF ਦੇ ਇਹਨਾਂ ਦੇ ਹੀ ਸੀਗੇ ਸ਼ਕਤੀ ਪਲੱਸ ਉਹਦੀ ਗੁੱਲੀ ਟੇਢੀ ਸੀ ਉਹ ਵੀ ਸਾਲਾ ਇੱਥੇ ਵੀ ਗਰਮ ਹੋ ਕੇ ਪਾੜ ਗਿਆ ਹੁਣ ਇਸੇ ਕਰਕੇ ਆ ਵੀ ਆਪਣ ਕੰਪਨੀ ਵਾਲੇ ਨੇ ਉਹਦਾ ਟਾਇਰ ਦਿੱਤੇ ਆ ਡੈਮੋ ਦੇ MRF ਦੇ ਹੀ ਟਾਇਰ ਆ 16 ਨਾਲ 30 ਦੇ ਇਹ ਉਸ ਤੋਂ ਵੱਧ ਵਜੇ ਚੱਕਦੇ ਆ ਤਾਂ ਕਰਕੇ ਪਾਏ ਆ ਭਾਈ ਕਿੰਨੇ ਕੁ ਟਾਇਰ ਪਾੜੇ ਆ ਹੁਣ ਤੱਕ ਆਪਣੇ ਭਾਈ ਲਾ ਲਓ ਵੀ 3 ਜੋੜੀਆਂ ਪਾੜ ਗਈਆਂ ਜੀ ਆਪਣੇ ਵੱਲੋਂ ਸੀਗੇ 14 9 ਉਹ 16 ਨੰਬਰ ਟਾਇਰ ਉਹ ਆਪਣਾ ਵੀ ਟਾਇਰ ਘਸ ਗਿਆ ਇਸ ਕਰਕੇ ਹੁਣ ਟੈਂਪਰੇਰੀ ਆ 11 ਨੰਬਰ ਪਾਏ ਉਹ ਟਾਇਰ ਨਹੀਂ ਹਜੇ ਮਿਲੇ ਪਟਿਆਲੇ ਤੋਂ ਮੰਗਾਏ ਸੀਗੇ ਵੈਸੇ ਭਾਈ ਇਹਨਾਂ ਟਾਇਰਾਂ ਦਾ ਬੈਨੀਫਿਟ ਕੀ ਹੁੰਦਾ ਜੀ ਆਪਾਂ ਇਹ ਪਾਉਨੇ ਆ ਇਹ ਜਿੱਦਾਂ ਹੁਣ ਆ ਤੁਹਾਡੇ ਸਾਹਮਣੇ ਆ ਸਰਾਖ ਦੀਦਾ ਹੀ ਆ ਇਹਤੇ ਆਪਾਂ ਵੇਟ ਪਾਈਦਾ ਵਿੱਚ ਅੰਦਲੀ ਦਾ ਵੇਟ ਆਪਣਾ ਲਗਭਗ ਹੋ ਜਾਂਦਾ 4 ਕੁਇੰਟਲ ਦੇ ਲੱਗੇ ਕਿਉਂ ਟਰਾਲੀ ਲੰਬੀ ਆ ਜਿਹੜੇ ਉਹ ਬਰੀਕ ਆ ਉਹ 750 ਦੇ ਟਾਇਰ ਆ ਹਾਂਜੀ ਉਹ ਤੇ ਜਦੋਂ ਵੇਟ ਇੰਨਾ ਪਾਉਂਦੇ ਆ ਉਹ ਥੱਲੇ ਦਬ ਜਾਂਦਾ ਜਦੋਂ ਕਿਤੇ ਗਿੱਲੇ ਥਾਂ 'ਚ ਆਉਂਦਾ ਰਾਈਟਰ ਕਿਉਂਕਿ ਮੋਲੇ ਟਾਇਰ ਜੋ ਨਹੀਂ ਮਾਰਦੇ ਉਹ ਥੱਲੇ ਦਬ ਜਾਂਦਾ ਉਹਦੇ ਕਰਕੇ ਸਲਿੱਪ ਕੱਢਦਾ ਰਹਿੰਦਾ ਠੀਕ ਆ ਇੰਨਾ ਭਾਰ ਬੰਡ ਹੋ ਜਾਂਦਾ ਜਿੰਨਾ ਖੁੱਲਾ ਹੋ ਜਾਂਦਾ ਟਾਇਰ ਉਹਨਾਂ ਟਾਇਰ ਭਾਰ ਬੰਡ ਹੋ ਜਾਂਦਾ 250 ਕਿਲੋਮੀਟਰ ਪੈਂਦੀ ਮੈਲ ਠੀਕ ਆ ਜੀ ਤੇ ਇੰਨਾ 600 ਕੁਇੰਟਲ ਦਾ ਗੰਨਾ ਲਾਇਆ ਆ ਠੀਕ ਆ ਜੀ ਹਾਂਜੀ ਇਹਦੇ ਨਾਲ ਜੀ ਤੇ ਕੋ ਟ੍ਰੈਕਟਰ ਦੀ ਤੁਸੀਂ ਫੋਟੋ ਦੇਖੋ ਸਕਰੀਨ ਤੇ ਆਉਂਦੀ ਪਈ ਆ ਹਾਂਜੀ ਹਾਂਜੀ ਟਰਾਲੀ ਆ ਫਿਰ ਉਹਦੇ ਉੱਪਰ ਟ੍ਰੈਕਟਰ ਟਰਾਲੀ ਆ ਫਿਰ ਉੱਪਰ ਟ੍ਰੈਕਟਰ ਟਰਾਲੀ ਆ ਹਾਂਜੀ ਹਾਂਜੀ ਪੰਪ ਦਾ ਫਾਲਟ ਆਇਆ ਸੀਗਾ ਇਹਦੇ ਪਟਾਕੇ ਵੱਜਣ ਲੱਪੇ ਸੀ ਟ੍ਰੈਕਟਰ ਦੇ ਜਾਨੀ ਕਿ ਉੱਤੋਂ ਲਾੜ ਕੱਢਦਾ ਹੁੰਦਾ ਸੀ ਅੱਛਾ ਉਹ ਇਹੋ ਜਿਹਾ ਟ੍ਰੈਂਡ ਸੈੱਟ ਹੋਇਆ ਹੁਣ ਤਾਂ ਤੁਹਾਨੂੰ ਪਤਾ ਸਾਰੇ ਕੱਢਦੇ ਆ ਜੇ ਕਿ ਖਰਚਾ ਐਵੇਂ ਘਰਦਿਆਂ ਦੇ ਗਲ 'ਚ ਗੁੱਠਾ ਦੇ ਕੇ ਚੀਜ਼ ਲਈਏ ਉਹ ਮਜ਼ਾ ਨਹੀਂ ਆਉਂਦਾ ਜੀ ਇਹ ਮਤਲਬ ਆਪਣੇ ਪੈਸੇ ਦੀ ਖੁਦ ਬਿਲਕੁਲ ਹੁਣ ਤੁਹਾਡੇ ਸਾਹਮਣੇ ਆ ਜੋ ਵੀ ਅੱਜ ਦੇ ਟਾਈਮ 'ਚ ਆ ਘੱਟੋ ਘੱਟ 10-12 ਸਾਲ ਦੀ ਮਿਹਨਤ ਲੱਗੀ ਆ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਅੱਜ ਖੜ੍ਹੇ ਹਾਂ ਆਪਾਂ ਦੁਆਬੇ ਦੇ ਵਿੱਚ ਹੁਸ਼ਿਆਰਪੁਰ ਦੇ ਕੋਲ ਹੈ ਜੀ ਪਿੰਡ ਸਿਕੰਦਰਪੁਰ ਭਾਅ ਜੀ ਸਿਕੰਦਰਪੁਰ ਇਹ ਹੁਸ਼ਿਆਰਪੁਰ ਦੇ ਵਿੱਚ ਪੈਂਦਾ ਜਲੰਧਰ 'ਚ ਪੈਂਦਾ ਜਲੰਧਰ 'ਚ ਪੈਂਦਾ ਹਾਂਜੀ ਅਤੇ ਮੇਰੇ ਨਾਲ ਨੇ ਬਾਈ ਤਲਜਿੰਦਰ ਹੋਣੀ ਅਤੇ ਬਾਈ ਸੰਦੀਪ ਹੋਣੀ ਬਾਈ ਹਾਂਜੀ ਸੰਦੀਪ ਜੀ ਹੈ ਨਾ ਤੇ ਬਾਈ ਇੱਥੇ ਆਪਾਂ ਦੇਖਦੇ ਹਾਂ ਰੰਗ ਜਮਾਂ ਨੀਲਾ ਨੀਲਾ ਹੋਇਆ ਪਿਆ ਨਾ ਆਲੇ ਦੁਆਲੇ ਹਾਂਜੀ ਹਾਂਜੀ ਜਿਵੇਂ ਬਾਹਰ ਕਹਿੰਦੇ ਨੇ ਕਿ ਯਾਰ ਜਦੋਂ ਆਪਾਂ ਦੁਆਬੇ ਤੋਂ ਬਾਹਰ ਜਾਂਦੇ ਕਹਿੰਦੇ ਤੁਹਾਡੇ ਵਾਲੇ ਪਾਸੇ ਫੋੜ ਦਾ ਬਾਲਾ ਕਰੇਜ਼ ਆ ਫੋੜ ਦਾ ਬਾਈ ਘਰਦਿਆਂ ਤੋਂ ਹੀ ਸ਼ੁਰੂ ਹੋਇਆ ਆ ਚਲੋ ਫਾਦਰ ਸਾਹਿਬ ਫੈਨ ਸੀਗੇ ਗਾਂ ਹੁਣ ਆਹੀ ਹੋ ਗਏ ਤੇ ਬਾਈ ਹੁਣਾਂ ਦੀ ਵੀਡੀਓ ਆਪਾਂ ਤਾਂ ਕਰਨ ਆਏ ਹਾਂ ਕਿਉਂਕਿ ਇਹ ਨਹੀਂ ਕਿ ਬਾਈ ਹੁਣਾਂ ਦੇ ਕੋਲ ਫੋੜ ਨੇ ਇਹ ਫੋੜ ਦੇ ਵਿੱਚ ਖਾਸ ਗੱਲ ਕੀ ਹੈ ਜਿਹੜੇ ਬਾਈ ਹੁਣਾਂ ਦੇ ਕੋਲ ਨੇ ਆਪਾਂ ਉਹ ਦਿਖਾਉਣ ਲਈ ਤੁਹਾਨੂੰ ਅੱਜ ਲੈ ਕੇ ਆਏ ਹਾਂ ਤੇ ਬਾਈ ਹੁਣਾਂ ਨੂੰ ਫੋਲੋ ਕਰ ਲਿਓ ਇਹਨਾਂ ਦਾ ਇੰਸਟਾਗ੍ਰਾਮ ਉੱਤੇ ਪੇਜ ਆ PB08 ਵਾਲੇ ਭਾਜੀ ਹਾਂਜੀ ਭਾਜੀ ਠੀਕ ਆ ਜੀ ਤੁਸੀਂ ਬਹੁਤਾ ਬੋਲਣਾ ਕਿਉਂਕਿ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਮੈਨੂੰ ਟਰੈਕਟਰਾਂ ਬਾਰੇ ਨੌਲੇਜ ਘੱਟ ਆ ਤੇ ਬਾਈ ਹੁਣਾਂ ਨੂੰ ਸਾਡੇ ਨਾਲੋਂ ਕਿਤੇ ਜ਼ਿਆਦਾ ਨੌਲੇਜ ਆ ਕਿਉਂਕਿ ਇਹ ਟਰੈਕਟਰਾਂ ਨੂੰ ਜਿਵੇਂ ਕਹਿੰਦੇ ਚਲਾਉਂਦੇ ਨਹੀਂ ਇਹ ਪਿਆਰ ਕਰਦੇ ਨੇ ਬਿਲਕੁਲ ਜੀ ਬਾਈ ਜੀ ਆਪਾਂ ਗੱਲ ਕਰਦੇ ਜਿਹੜਾ ਆਪਣੇ ਪਿੱਛੇ ਟਰੈਕਟਰ ਖੜਿਆ ਹੋਇਆ ਹਾਂਜੀ ਉਹ ਸਿਸਟਮ ਬੜਾ ਤਗੜਾ ਲਾਇਆ ਤੁਸੀਂ ਇਹ ਜੀ ਆਪਣਾ ਭਰਾ ਆ ਮੰਗੀ ਅੱਛਾ ਉਹ ਕੈਨੇਡਾ ਗਏ ਆ ਠੀਕ ਹੈ ਜੀ ਤੇ ਉਹਨਾਂ ਨੇ ਆਪਣੇ ਫਾਦਰ ਸਾਹਿਬ ਦੀ ਜਾਚੇ ਲਵਾਇਆ ਆ ਅੱਛਾ ਉਹਨਾਂ ਨੇ ਆਪਣੀ ਫੋਟੋ ਵੀ ਬਗੈਦਰਾ ਫਾਦਰ ਨੇੜੇ ਅੰਦਰ ਜਾ ਕੇ ਦਿਖਾ ਲਦੇ ਕਿ ਉਹ ਜਿਹੜੀ ਰੂਫ ਆ ਇਹਦੇ ਅੰਦਰ ਲਾਇਆ ਹੋਇਆ ਨਾ ਭਾਜੀ ਹਾਂਜੀ ਠੀਕ ਹੈ ਜੀ ਤੇ ਹਾਂਜੀ ਇਹ ਟ੍ਰੈਕਟਰ ਆਪਣਾ ਸੀਗਾ 45 ਇਹ ਸਬਸਿਡੀ ਵਾਲਾ ਜਿਹਨੂੰ ਕਹਿੰਦੇ ਆ ਅੱਛਾ ਤੇ ਉਹਨੇ ਸ਼ੌਂਕ ਨਾਲ ਹੀ ਤਿਆਰ ਕੀਤਾ ਆਪ ਤਾਂ ਹੈ ਨਹੀਂ ਗਏ ਇੱਥੇ ਪਾਵਰ ਸਟੀਅਰਿੰਗ ਕਰਾਇਆ ਤੇ ਮਗਲੇ ਟਾਇਰ ਵੀ ਵੱਡੇ ਪਾਏ ਆ ਤੇ ਇਹਦੀ ਇੱਕ ਪੰਪ ਦੀ ਸੈਟਿੰਗ ਕੀਤੀ ਆ ਅੱਛਾ ਤੇ ਇੱਕ ਇੱਕ ਆਪਾਂ ਗੱਲ ਕਰਦੇ ਕਿ ਟਾਇਰ ਪਹਿਲਾਂ ਨੂੰ ਕਿਹੜੇ ਆਉਂਦੇ ਸੀ ਭਾਜੀ ਪਹਿਲਾਂ ਇਹਨੂੰ ਆਉਂਦੇ ਸੀ 13 ਦੇ ਜੀ ਪਹਿਲਾਂ 13 ਦੇ ਆਉਂਦੇ ਹਾਂਜੀ ਹਾਂਜੀ ਤੇ ਹੁਣ ਕਿਹੜੇ ਪਾਤੇ ਹੁਣ 16 ਦੇ ਰੇਡੀਅਲ ਪਾਏ ਆ 16 ਦੇ ਰੇਡੀਅਲ ਪਾਤੇ ਤੇ ਮੋਹਰੇ ਜਿਵੇਂ ਉਹ ਰੀਲਾਂ ਨਹੀਂ ਚੱਲਦੀਆਂ ਹਾਂਜੀ ਹਾਂਜੀ ਟਾਇਰ ਹੀ ਜਾ ਜਾਲੇ ਪਾਈ ਫਿਰ ਬਸ ਹਾਂਜੀ ਹਨਾ ਹਾਂਜੀ ਹਾਂਜੀ ਇਹ ਕਿਹੜਾ ਸਾਈਜ਼ ਹੋਊਗਾ ਬਿੱਲੇ ਇੱਕ ਵਾਰੀ ਨੇੜੇ 1100 ਨੰਬਰ ਆ ਜੀ ਇਹ 1100 ਨੰਬਰ ਦਾ ਟਾਇਰ ਆ ਨਾ ਹਾਂਜੀ ਤੇ ਟਾਇਰ ਦਾ ਮੈਨੂੰ ਲੱਗਦਾ ਮੁੱਲ ਵੀ ਬਹੁਤ ਹੋਣਾ ਭਾਜੀ ਇਹ ਉਦੋਂ ਪਵਾਏ ਸੀਗੇ 30,000 ਦੇ ਪਵਾਈ ਸੀ ਜੋੜੀ 30,000 ਦੀ ਜੋੜੀ ਪੈਂਦੀ ਨਾ ਹਾਂਜੀ ਹੁਣ ਰੇਟ ਵਧੇ ਆ ਅੱਛਾ ਹਾਂਜੀ ਪਹਿਲਾਂ ਥੋੜੇ ਸਸਤੇ ਸੀਗੇ ਠੀਕ ਆ ਜੀ ਹਾਂਜੀ ਤੇ ਇੱਕ ਭਾਜੀ ਆ ਮੈਂ ਦੇਖਦਾ ਯਾਰ ਇਹਦਾ ਬੰਪਰ ਬਹੁਤ ਬੜਾ ਲਾਇਆ ਆ ਬੰਪਰ ਭਾਈ ਸਾਰਿਆਂ ਸ਼ੌਂਕ ਨਾਲ ਇਹ 40 ਇੰਚੀ ਰੱਖਿਆ ਆ 40 ਇੰਚੀ ਹਾਂਜੀ ਇਹ ਆਪਣੇ ਜਿਹਦਾ ਗੰਨਿਆਂ ਦਾ ਏਰੀਆ ਕਰਕੇ ਧੱਕਾ ਲਾਈਦਾ ਇਦੇ ਮਗਰ ਟਰਾਲੀ ਦੇ ਖੁੱਬੀ ਦੇ ਅੱਛਾ ਹਾਂਜੀ ਤੇ ਭਾਜੀ ਕਿੰਨੇ ਕੁ ਕਿਲੋ ਦਾ ਹੋਊਗਾ ਇਹ 1.5 ਕੁਇੰਟਲ ਦੇ ਆ ਜੀ 1 ਕੁਇੰਟਲ ਦਾ ਬੰਪਰ ਲਾਇਆ ਆ ਨਾ ਮੋਰੇ ਹਾਂਜੀ ਹਾਂਜੀ ਲਓ ਜੀ ਤੇ ਬਾਈ ਹੁਣਾਂ ਦੀਆਂ ਰੀਲਾਂ ਤੁਸੀਂ ਇੰਸਟਾਗ੍ਰਾਮ ਤੇ ਦੇਖਦੇ ਹੋਣੇ ਆ ਕਾਫੀ ਵਾਇਰਲ ਨੇ ਤੇ ਭਾਜੀ ਆਪਾਂ ਗੱਲ ਕਰਦੇ ਜਦੋਂ ਮੈਂ ਤੁਹਾਨੂੰ ਮਿਲਿਆ ਸੀ ਆਪਾਂ ਬੈਠੇ ਸੀਗੇ ਹਾਂਜੀ ਹਾਂਜੀ ਦੱਸਿਆ ਸੀ ਕਿ ਬਾਈ ਟਰੈਕਟਰਾਂ ਦੇ ਨਾਲ ਅਸੀਂ ਉਹ ਵਾਲੀਆਂ ਚੀਜ਼ਾਂ ਕੀਤੀਆਂ ਜਿਹੜੀਆਂ ਕਿਸੇ ਨੇ ਕੀਤੀਆਂ ਨਹੀਂ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਕਿੱਸੇ ਬੜੇ ਵਧੀਆ ਨੇ ਹਾਂਜੀ ਇੱਕ ਬਾਈ ਹੁਣਾਂ ਦੇ ਕੋਲ ਟਰੈਕਟਰ ਇਹ ਟਰਾਲੀ ਆ ਆਪਾਂ ਉਹਦੇ ਬਾਰੇ ਵੀ ਡਿਸਕਸ ਕਰਾਂਗੇ ਤੇ ਬਾਈ ਟਰੈਕਟਰ ਦੇ ਕੋਲ ਕਿਸੇ ਦੱਸਦੇ ਤੁਸੀਂ ਮੈਨੂੰ ਆਪਣੇ ਵਾਲੇ ਦੇ ਆ ਜੀ ਆਪਣਾ 2016 ਮਾਡਲ ਟਰੈਕਟਰ ਆ ਜੀ ਅੱਛਾ ਇਹ ਬਹੁਤ ਲੱਕੀ ਨਿਕਲਿਆ ਅੱਛਾ
ਇਹਦਾ ਤੁਸੀਂ ਹਿਸਾਬ ਲਾ ਲਓ ਟਰੈਕਟਰ ਹੈਗਾ 50 ਇੰਚ ਵੀ। ਅੱਛਾ ਤੇ ਹਜੇ ਪਰਸੋਂ ਦੀ ਗੱਲ ਹੀ ਆ, ਦੋ ਜਿਹੜਾ ਸਿਆਣੇ ਬਜ਼ੁਰਗ ਸੀਗੇ 60 ਸਾਲ ਦੇ ਪਾਲ ਸਾਹਿਬ ਦੀ ਉਮਰ ਦੇ ਹੋਣੇ ਆ, ਉਹ ਇਸੀ ਗੱਲੋਂ ਬਹਿਸ ਪਏ ਵੀ ਟਰੈਕਟਰ 'ਚ ਇੰਜਣ ਵੱਡਾ ਆ, ਇੱਕ ਕਹੇ ਵੀ ਫਾਂਡਰ ਇੱਕ ਪੈਣ ਦਾ, ਕੋਈ ਕਹੇ 70 ਦਾ। ਅੱਛਾ ਬਹਿਸ ਕੇ ਚਲ ਗਏ ਪਰ ਉਹ ਮੰਨੇ ਨਹੀਂ ਵੀ ਇਹ ਟਰੈਕਟਰ ਰੀਜਨ ਵਾਲੇ ਆ, ਤੇ ਬਹੁਤਿਆਂ ਦੇ ਇਸੀ ਗੱਲੋਂ ਮੈਸੇਜ ਆਉਂਦੇ ਆ ਵੀ ਇਹਨੂੰ ਟਰਬੋ ਲੱਗਾ ਜਾਂ ਐਂ ਕੀਤਾ, ਟਰੈਕਟਰ ਸਾਰਾ ਰੀਜਨ ਵਾਲੇ ਆ, ਕੀਤਾ ਕੁਛ ਨਹੀਂ, ਕੁਛ ਨਹੀਂ ਕੀਤਾ, ਤੁਹਾਡੇ ਸਾਹਮਣੇ ਹੀ ਆ। ਹਿਸਾਬ ਲਾ ਲੋ ਵੀ 75 ਐਚਪੀ ਤੱਕ ਦਾ ਵੀ ਕੰਮ ਲਿਆ ਆ ਇਸ ਟਰੈਕਟਰ ਤੋਂ। ਹਾਂਜੀ ਟਰੈਕਟਰ ਵੈਸੇ 50 ਹਾਰਸ ਪਾਵਰ, ਟਰੈਕਟਰ 50 ਹਾਰਸ ਪਾਵਰ ਆ ਜੀ। ਤੇ ਸਭ ਤੋਂ ਪਹਿਲਾਂ ਆਪਣੇ MB ਪਲੋ ਇਹਦੇ ਮਗਰ ਪਾਇਆ ਸੀ ਜਦੋਂ ਲਿਆਂਦਾ ਹੀ ਸੀਗਾ, ਤੇ ਉਹ ਵੀ MB ਪਲੋ ਵੱਡਾ ਸੀ, ਜਦੋਂ ਆਪਣੇ ਆਮ ਤਾਂ 3 ਵਾਲੇ ਚੱਲਦੇ ਆ, ਉਹ 'ਚ 6 ਵੀ ਲੱਗਦੇ ਆ। ਅੱਛਾ ਤੇ ਉਹਦੇ ਕੀਮਤ ਵਿੱਚ 14.5 ਲੱਖ ਆ, ਆਪਣੇ ਇੱਥੇ ਨੇੜੇ ਕਿਸੇ ਨੇ ਲਿਆ ਸੀਗਾ। ਅੱਛਾ ਉਹ ਟਰੈਕਟਰ 75 HP ਮਗਰ ਪਾਉਂਦੇ ਹੁੰਦੇ ਸੀ, ਠੀਕ ਹੈ, ਤੇ ਇਹਦੇ ਮਗਰ ਪਾ ਕੇ ਅਸੀਂ ਪਹਿਲੀ ਵਾਰ ਚਲਾਇਆ ਸੀਗਾ, ਤੇ ਬੜੇ ਆਰਾਮ ਨਾਲ ਖਿੱਚ ਗਿਆ ਟਰੈਕਟਰ। ਵੀਡੀਓ ਕਹਿੰਦੇ ਵਾਇਰਲ ਵੀ ਹੋਈ? ਹਾਂਜੀ ਉਹ ਡੇਲੀ ਪੋਸਟ ਵਾਲਿਆਂ ਨੇ ਪਾਈ ਸੀਗੀ। ਅੱਛਾ 2000 ਉਹ ਪਾਈ ਸੀ, 16 GB ਪਾਈ ਸੀ ਤਕਰੀਬਨ, ਠੀਕ ਹੈ ਜੀ। ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਇੱਥੇ ਅਸੀਂ ਲੈ ਗਏ ਹਾਂ ਫਾਜ਼ਿਲਕਾ ਮਿੱਲ, ਆਪਣਾ ਗੰਨਾ ਅਲਾਟਮੈਂਟ ਉੱਧਰ ਹੋਇਆ ਸੀ, ਇੱਥੋਂ 250 ਕਿਲੋਮੀਟਰ ਪੈਂਦੀ ਮਿੱਲ, ਠੀਕ ਹੈ ਜੀ। ਉੱਥੇ ਇਹਨਾਂ 600 ਕੁਇੰਟਲ ਦਾ ਗੰਨਾ ਲਾਇਆ ਆ, ਠੀਕ ਹੈ ਜੀ। ਹਾਂਜੀ ਇਹਦੇ ਨਾਲ, ਇਹਦੇ ਨਾਲ ਜੀ। ਅੱਛਾ ਤੇ 32 ਗੇੜੇ ਲਾਏ ਆ, ਬਰੋਬਰ ਹਜੇ ਤੱਕ ਨਹੀਂ ਕਿਸੇ ਨੇ ਲਾਏ, ਯਾਨੀ ਕਿ ਉੱਥੇ ਦੇ ਵੱਧ ਤੋਂ ਵੱਧ 4 ਲਾਏ, ਕਿਸੇ ਨੇ 5 ਲਾਏ ਆ। ਹਾਂਜੀ ਤੇ ਇੱਕ ਆਪਾਂ ਇਹਨੂੰ ਲੈ ਗਏ ਹਾਂ ਦਿੱਲੀ, ਬਹੁਤ ਗਾਣਿਆਂ 'ਚ ਟਰਾਲੀ ਦਾ ਸ਼ੂਟ ਆਇਆ ਆ, ਇਹ 'ਚ ਟਰੈਕਟਰ 'ਚ ਟਰਾਲੀ ਟਰੈਕਟਰ ਲੱਦ ਗਏ, ਉਹਦੇ ਵਿੱਚ ਫਿਰ ਟਰੈਕਟਰ ਵਾਲੀ ਲੱਦਿਆ ਸੀ, ਕਰਦੇ ਸੀ ਟਰੈਕਟਰ ਗਾਣਿਆਂ 'ਚ ਵੀ ਆਏ ਆ ਨਾ। ਹਾਂਜੀ ਹਾਂਜੀ ਟਰਾਲੀ, ਤੇ ਆ ਜਾਓ ਆਪਾਂ ਨਾਲ ਦੀ ਨਾਲ ਟਰਾਲੀ ਵੀ ਦਿਖਾਉਂਦੇ ਭਾਈ, ਤੁਸੀਂ ਵੀ ਗੱਲਾਂ ਕਰੋ ਨਾਲ ਨਾਲ, ਬਾਈ ਹੁਣੀ ਬੜੇ ਚੁੱਪ ਹੋ ਕੇ ਕੈਮਰਾ ਦੇਖ ਕੇ ਖੜੇ ਨੇ, ਕੈਮਰੇ ਵਿੱਚ ਬਾਈ ਹੁਣੀ ਬਹੁਤ ਸੋਹਣੀਆਂ ਗੱਲਾਂ ਕਰਦੇ ਨੇ। ਹਾਂਜੀ ਨਰਵਸ ਹੋ ਜੀਦਾ ਨਾ ਕੈਮਰੇ ਦੇ, ਉਹਨੇ ਨਹੀਂ ਕੋਈ ਗੱਲ ਨਹੀਂ। ਹਾਂਜੀ ਜਦਾਂ ਇਹ ਬੰਦਾ ਵੀ ਆਪਣੇ ਘਰ ਦਾ ਤੇ ਕੈਮਰਾ ਵੀ ਆਪਣੇ ਘਰ ਦਾ, ਬਿਲਕੁਲ ਬਿਲਕੁਲ, ਇਦਾਂ ਅੱਜ ਤੱਕ ਨਹੀਂ ਬੰਦੇ ਮਿਲੇ ਜਿੱਦਾਂ ਤੁਸੀਂ ਗੱਲ ਕੀਤੀ ਹਨ ਘਰ ਵਾਲਾ ਹਿਸਾਬ ਆ। ਹਾਂਜੀ ਆਪਾਂ ਗੱਲ ਕਰਦੇ ਟਰਾਲੀ ਦੇ ਕਿੱਸੇ ਬੜੇ ਵਧੀਆ ਵਧੀਆ ਨੇ ਉਦਾਂ। ਹਾਂਜੀ ਇਹ ਟਰਾਲੀ ਦੇ ਤੁਸੀਂ ਹਿਸਾਬ ਲਾ ਲਓ ਅਸੀਂ 12.5 ਸੈਂਕੜੇ ਬਜਰੀ ਲਿਆਂਦੀ ਆ ਜੀ। ਅੱਛਾ ਹਾਂਜੀ ਪੂਰੀ DC ਲਾ ਕੇ, ਤੇ ਇੱਕ ਆਪਣਾ ਬੰਨ ਟੁੱਟੇ ਸੀ ਇਹ ਸੁਲਤਾਨਪੁਰ ਦੇ ਲਾਗੇ, ਤੇ 2 ਸਾਲ ਪਹਿਲਾਂ। ਹਾਂਜੀ ਆਪਣੇ ਅਸੀਂ 12 ਜਣੇ ਸੀਗੇ, 12 ਜਣੇ ਟਰਾਲੀਆਂ ਸੀਗੀਆਂ, ਤੇ ਅਸੀਂ ਉਹਦੇ 6 ਗੇੜੇ ਲਾਏ ਆ, ਤੇ ਬੈੱਡ ਲਾ ਕੇ ਮਿੱਟੀ ਦੀ DC ਉੱਪਰ ਤੱਕ ਲਾ ਗਏ। ਹਾਂਜੀ ਜਦੋਂ ਧੂਹ ਨਾ ਕੱਢਦੀ ਹੋਵੇ, ਟਾਇਰ ਮੈਂ ਕਿਹਾ ਜੀ ਹਣ ਮੰਜੇ ਬਣਾਏ ਪਏ ਆ ਟਾਇਰਾਂ ਦੇ, ਆਪਾਂ ਵੀਡੀਓ ਵਿੱਚ। ਹਾਂਜੀ ਤੇ ਹਾਂਜੀ ਤੇ ਉਸੇ ਚੱਕਰਾਂ ਨਾਲ ਵੱਧ ਲੋਡ ਪਾ ਪਾ ਕੇ ਅਸੀਂ ਟਰੈਕਟਰ ਦੇ ਟਾਇਰ ਯਾਨੀ ਕਿ 2-3 ਵਾਰੀ ਪਾੜ ਖੜੇ ਹਾਂ। ਅੱਛਾ ਹਾਂਜੀ ਆਪਾਂ ਗੱਲ ਕਰਦੇ ਜਦੋਂ ਤੁਸੀਂ ਦੱਸਦੇ ਸੀਗੇ ਯਾਰ ਦਿੱਲੀ ਗਏ ਸੀਗੇ, ਹਾਂਜੀ ਤੇ ਦਿੱਲੀ ਇਸ ਟਰਾਲੀ ਦੇ ਕਿੱਸੇ ਬੜੇ ਵਧੀਆ ਨੇ ਦਿੱਲੀ ਵਾਲੇ। ਹਾਂਜੀ ਆਪਣੇ ਜਿਹੜਾ ਕੁੰਡਲੀ ਬਾਰਡਰ ਤੇ ਖੜੀ ਸੀ ਟਰਾਲੀ, ਹਾਂਜੀ ਉਹ ਤੋਂ ਅੱਗੇ ਪਹਿਲਾਂ ਟਰੈਕਟਰ ਹੀ ਸਾਰੇ ਜਾਣ ਡੇ ਸੀਗੇ, ਯਾਨੀ ਟਰਾਲੀਆਂ ਲੰਘਦੇ ਮੋਰੇ ਸੀ ਨਾਲਾ ਜਦਾਂ ਗੰਦਾ ਨਾਲਾ ਸੀ, ਤੇ ਉੱਥੋਂ ਟਰਾਲੀ ਨਹੀਂ ਲੰਘਦੀ ਕਹਿੰਦਾ ਟਰੈਕਟਰ ਲੰਘਦਾ ਸੀ। ਫਿਰ ਅਸੀਂ ਉੱਥੋਂ ਬੈਰੀਗੇਟ ਧੂ ਕੇ ਮਤਲਬ ਵਿੱਚ ਸਿੱਟੇ ਨਾਲੇ ਦੇ, ਤੇ ਉਹਦੇ ਬਾਅਦ ਵਿੱਚੋਂ ਗੱਡੀ ਟਰਾਲੀ ਪਲਟਦੀ ਵੱਜੀ ਸੀ, ਕਿਉਂਕਿ ਇਹਦੇ ਵਿੱਚ ਟਰਾਲੀ ਫਿਰ ਇੱਕ ਟਰਾਲੀ ਲੱਦੀ ਸੀ ਨਾ, ਉੱਤੇ ਇੱਕ ਹੋਰ ਟਰੈਕਟਰ ਸੀ। ਤੁਸੀਂ ਫੋਟੋ ਦੇਖੋ ਸਕਰੀਨ 'ਤੇ ਆਉਂਦੀ ਪਈ ਆ, ਹਾਂਜੀ ਹਾਂਜੀ ਟਰਾਲੀ ਆ, ਫਿਰ ਉਹਦੇ ਉੱਪਰ ਟਰੈਕਟਰ ਟਰਾਲੀ ਆ, ਫਿਰ ਉੱਪਰ ਟਰੈਕਟਰ ਟਰਾਲੀ ਆ। ਹਾਂਜੀ ਹਾਂਜੀ ਤੇ ਇਹ ਟਰਾਲੀ ਵੈਸੇ ਬਣਵਾਈ ਤੁਸੀਂ ਕਿਹਨਾਂ ਕੋਲੋਂ? ਇਹ ਆਪਣੇ ਜੀ ਬੈਲਗੀ ਤੋਂ ਬਣਾਈ ਆ, ਹਰਦੀਪ ਤੋਂ ਜੀ। ਅੱਛਾ ਹਾਂਜੀ ਇਹ ਵੀ ਬਹੁਤ ਲੱਕੀ ਨਿਕਲੀ ਭਾਈ ਦੇ ਮੇਰ ਨਾ, ਇਹ ਲੋਹੇ ਕਰਮ ਵਾਲੇ ਨੇ ਤੁਹਾਡੇ ਹਨਾ। ਸਹੀ ਗੱਲ ਆ, ਜਿੱਦਣ ਲੈਣ ਗਏ ਸਾਤੋਂ ਪਿਆ ਸੀ ਸਾਰਾ 3.5 ਲੱਖ ਰੁਪਈਆ, ਤੁਹਾਨੂੰ ਇਹ ਵੀ ਗੱਲ ਦੱਸਦੇ ਹਾਂ। ਹਾਂਜੀ ਹੈਗਾ ਭਾਈ ਦੂਜੀ ਬਣਾਉਣੀ ਆ ਸਿੰਗਲ ਦੁਰਾ, ਉਹ ਕਹਿੰਦਾ ਨਹੀਂ ਉਧਾਰ ਕਰੋ ਮੈਂ ਹੈਗਾ ਆ, ਸਾਲ ਬਾਅਦ ਪੈਸੇ ਦੇ ਦਿਓ। ਅੱਛਾ ਡਬਲ ਬਣਾਓ, ਡਬਲ ਬਣਾਓ, ਉਹਦੀ ਇੱਦਾਂ ਦੀ ਸਲਾਹ ਵਧੀਆ ਮਿਲੀ, ਚਲੋ ਡਬਲ ਬਣੀ ਵੀ ਵੱਧ ਕੇ ਰਿਜਕ ਦਿੱਤਾ ਇਸ ਚੀਜ਼ ਨੇ। ਹਾਂਜੀ ਤੇ ਜਾਣੀ ਕਿ ਉਹਨੇ ਲਾ ਲਓ ਵੀ ਇੱਕ ਕਿਸਮ ਦਾ ਰੋਟੀ ਪਾਤਾ, ਬਹੁਤ ਵਧੀਆ ਰਹੀ ਹੈ ਟਰਾਲੀ, ਅੱਜ ਤਾਂ ਇਹ ਜਾਣੀ ਲੋਹਾ ਸੈੱਟ ਆਉਣ ਵਾਲੀ ਗੱਲ ਹੈ ਇਹ। ਅੱਛਾ ਹਾਂਜੀ ਤੇ ਇਹ ਟਰਾਲੀ ਇਹ ਤੁਹਾਡੀ ਉੱਥੇ ਜਿੰਨਾ ਟਾਈਮ ਕਿਸਾਨੀ ਧਰਨਾ ਰਿਹਾ ਉਹਨਾਂ ਟਾਈਮ ਉੱਥੇ ਰਹੀ ਆ? ਹਾਂਜੀ ਉਹਨਾਂ 'ਚ ਰਹੀ ਆ, ਅਤੇ ਵਿੱਚੋਂ ਜਦੋਂ ਆ ਜਾਂਦੇ ਸੀਗੇ ਫਿਰ ਦੁਬਾਰਾ ਚੱਲ ਜਾਂਦੇ ਸੀ ਸਮਾਨ ਲੈ ਕੇ ਜਾਂਦੇ ਹੁੰਦੇ ਸੀਗੇ। ਹਾਂਜੀ ਆਪਣੇ ਦੁਆਬਾ ਸੰਘਰਸ਼ ਕਮੇਟੀ ਵੱਲੋਂ, ਠੀਕ ਆ, ਸੁਲਿੰਦਰ ਸਿੰਘ ਹੋਣੇ ਉਹਨਾਂ ਦੇ ਪ੍ਰਧਾਨ ਆ। ਹਾਂਜੀ ਹਾਂਜੀ ਉਹਨਾਂ ਦੇ ਨਾਲ ਜਾਂਦੇ ਹੁੰਦੇ ਸੀਗੇ, ਠੀਕ ਆ ਜੀ। ਤੇ ਆਪਣੇ ਜਿੱਥੇ ਵੀ ਤਕਰੀਬਨ ਧਾਨੇ ਲੱਗੇ, ਆਪਣੇ ਇੱਥੇ ਕਿਸ਼ਨਗੜ੍ਹ ਲੱਗਾ ਉੱਥੇ ਵੀ ਮੋਹਰੇ ਰਹੀ ਆ। ਅੱਛਾ ਆਪਣੇ 3 ਵਾਲੀ ਫਾਟਕਾਂ 'ਤੇ ਲੱਗਾ ਸੀ, ਉੱਥੇ ਮੋਹਰੇ ਹਰੇਕ ਥਾਂ ਲੈ ਕੇ ਜਾਈਦਾ ਹੀ ਆ ਤਕਰੀਬਨ। ਇਹ ਮੋਢੀ ਲੋਹਾ ਹੈ ਜੀ। ਹਾਂਜੀ ਹਾਂਜੀ ਠੀਕ ਆ ਜੀ। ਹਾਂਜੀ ਬਾਕੀ ਭਾਈ ਆਪਾਂ ਗੱਲ ਕਰਦੇ ਸੀਗੇ ਕਿ ਮੈਂ ਇੱਕ ਵੀਡੀਓ ਦੇਖੀ ਤੁਹਾਡੀ ਜਿਹਦੇ ਉੱਪਰ ਗੰਨਾ ਲੱਦਿਆ ਤੇ ਪੰਪ 'ਤੇ ਖੜੀ ਆ ਟਰਾਲੀ। ਹਾਂਜੀ ਉਹ ਆਪਣੇ ਇੱਥੇ ਕਿਸ਼ਨਗੜ੍ਹ ਪੰਪ ਦੀ ਗੱਲ ਆ, ਅੜੀ ਨੂੰ ਬਸ ਲੱਦਦੇ ਚੰਗਾ ਲੱਦ ਲਿਆ, 28 ਵਾਰ ਲਾਏ ਸੀਗੇ ਜੀ। ਅੱਛਾ
ਜਦੋਂ ਤੇਲ ਪਾਉਣ ਗਏ ਛੱਤ ਤੋਂ ਵੀ ਉੱਚੀ ਹਲਾਦ ਚ ਲੱਗੀ ਉਹ ਤੇਲ ਮੁੜ ਕੇ ਪੀਪੀਆਂ ਨਾਲ ਪਾਇਆ ਸੀਗਾ ਹਾਂਜੀ ਪਰ ਫਿਰ ਇੱਦਾਂ ਹੀ ਅਸੀਂ ਲੈ ਕੇ ਵੀ ਫਾਜ਼ਿਲਕਾ ਤੱਕ ਗਏ ਹਾਂ ਹਾਂਜੀ ਤੇ ਰਾਹ 'ਚ ਤਾਰਾਂ ਜਿੰਨੀਆਂ ਟੁੱਟੀਆਂ ਉਹਨਾਂ ਦਾ ਕੋਈ ਹਿਸਾਬ ਹੀ ਨੀਗਾ ਹਾਂਜੀ ਤਾਰਾਂ ਵੀ ਟੁੱਟੀਆਂ ਤੇ ਮੈਨੂੰ ਲੱਗਦਾ ਲੋਕ ਹੱਥ ਦੇ ਕੇ ਰੋਕਦੇ ਵੀ ਨੇ ਬਹੁਤ ਹੀ ਇੱਕ ਵਾਰੀ ਸਾਨੂੰ ਰੋਕਿਆ ਵੀ ਸੀਗਾ ਜੀ ਬਹੁਤ ਤਕੜਾ ਨਾਕਾ ਲੱਗਾ ਸੀ ਡੀ ਐਸ ਪੀ ਰੈਕ ਦੇ ਬੰਦੇ ਸੀਗੇ ਉਹਨਾਂ ਨੇ ਕਿਹਾ ਵੀ ਇੰਨਾ ਨਾ ਲੋਡ ਕਰਿਓ ਫਿਰ ਉਹਨਾਂ ਦੱਸਿਆ ਮੈਂ ਕਿਹਾ ਵੀ ਇੰਨੀ ਦੂਰੋਂ ਆਉਂਦੇ ਹਾਂ ਸਾਡੇ ਤੋਂ ਤੇਲ ਦਾ ਖਰਚਾ ਨਹੀਂ ਭੁੱਗਦਾ ਤਾਂ ਕਰਕੇ ਉਹ ਲੋਡ ਲੱਦਦੇ ਆ ਉਹ ਕਹਿੰਦੇ ਗਾਂ ਤੋਂ ਹਿਸਾਬ ਨਾਲ ਲੱਦਿਆ ਕਰੋ ਅੱਛਾ ਹਾਂਜੀ ਉਹ ਸਾਡੇ ਜੀਰੇ ਕੋਲ ਸਾਨੂੰ ਰੁਕਿਆ ਸੀ ਹਾਂਜੀ ਹਾਂਜੀ ਤੇ ਉਦੋਂ ਬਾਅਦ ਫਿਰ ਲੈ ਕੇ ਗਏ ਦੁਬਾਰੇ ਕਿ ਲੈ ਕੇ ਜਾਂਦੇ ਰਹੀਦਾ ਸਾਨੂੰ ਭਾਈ ਤੇ ਆਪਾਂ ਹੋਪ ਸੋ ਆਪਾਂ ਥੋੜੇ ਦਿਨਾਂ ਤੱਕ ਬਾਈ ਹੁਣਾਂ ਦੀ ਇੱਕ ਵੀਡੀਓ ਹੋਰ ਕਰਾਂਗੇ ਜਿਹਦੇ ਵਿੱਚ ਟਰੈਕਟਰ ਵੀ ਦਿਖਾ ਲਾਂਗੇ ਤੇ ਬਾਈ ਹੁਣੀ ਮੈਨੂੰ ਦੱਸਦੇ ਸੀ ਕਿ ਤੁਹਾਡੇ ਕੋਲ ਟਰਾਲੀਆਂ ਵੀ ਐਵੇਂ ਤਿਆਰ ਪਈਆਂ ਨੇ ਨਾ ਹਾਂਜੀ ਹਾਂਜੀ ਤੇ ਡਬਲ ਧੁਰੇ ਵਾਲੀਆਂ ਹਾਂਜੀ ਡਬਲ ਧੁਰੇ ਦਾ ਇੱਕ ਛੋਟੀ ਟਰਾਲੀ ਸੀ ਉਹ ਆਪਣੇ ਹੁਣ ਸਾਰੇ ਕੋਈ ਤਿੰਨ ਤਿੰਨ ਧੁਰੇ ਵੀ ਛੋਟੀਆਂ ਲਵਾਈ ਫਿਰਦੇ ਉਹ ਵੀ ਪਹਿਲੀਆਂ ਜੋ ਆਪਣੇ ਲਾਈ ਸੀਗੀ ਟਰਾਲੀ ਡਬਲ ਧੁਰੇ ਅੱਛਾ ਤੇ ਇੱਕ ਆਪਣੀ ਪਾਣੀ ਵਾਲੀ ਗੁਰਦੁਆਰੇ ਦੀ ਟੈਂਕੀ ਆ ਅੱਛਾ ਉਹ ਵੀ ਮੁੰਡਿਆਂ ਨੇ ਜਿੱਦਾਂ ਪਿੰਡਿਆਂ ਨੇ ਮਿਲ ਕੇ ਬਣਾਈ ਸੀ ਉਹਨੂੰ ਵੀ ਖੜੀ ਹੋਈ ਹੈ ਨਾ ਪਿੱਛੇ ਹਾਂਜੀ ਹਾਂਜੀ ਉਹ ਹੋਈ ਤੇ ਇਹ ਵੀ ਡਬਲ ਐਕਸਲ ਬਣਾਈ ਸੀ ਇਹ ਵੀ ਮੇਰੇ ਹਿਸਾਬ ਨਾਲ ਨਹੀਂ ਗਈ ਹੁਣ ਤਕਰੀਬਨ ਆਪਣੇ ਇੱਥੇ ਅਜੇ ਵੀ ਠੀਕ ਹੈ ਜੀ ਪਹਿਲੀ ਇਹੀ ਬਣੀ ਆ ਇਹ ਪਹਿਲੀ ਹਰਦੀਪ ਭਾਈ ਤੋਂ ਇਹ ਟੈਂਕੀ ਬਣਾਉਣ ਗਏ ਹਾਂਜੀ ਹਾਂਜੀ ਖਰਚਾ ਵੀ ਤੇ ਥੋੜਾ ਸਮਾਂ ਵੀ ਮੰਗਦੀਆਂ ਨੇ ਜੇ ਕਿ ਇਹ ਖਰਚਾ ਐਵੇਂ ਘਰਦਿਆਂ ਦੇ ਗਲ 'ਚ ਗੁੱਠਾ ਦੇ ਕੇ ਚੀਜ਼ ਲਈਏ ਉਹ ਮਜ਼ਾ ਨਹੀਂ ਆਉਂਦਾ ਜੀ ਇਹ ਮਤਲਬ ਆਪਣੇ ਪੈਸੇ ਦੀ ਖੁਦ ਬਿਲਕੁਲ ਬਿਲਕੁਲ ਜੀ ਕਿਉਂਕਿ ਵੀਡੀਓ ਥੱਲੇ ਕਮੈਂਟ ਆਉਂਦੇ ਨੇ ਬਾਅਦ ਚੋਂ ਉਹ ਕਮੈਂਟ ਬਾਈ ਤੁਹਾਨੂੰ ਵਿਗਾੜਦੇ ਆ ਹਾਂਜੀ ਹਾਂਜੀ ਨਹੀਂ ਇਹ ਚੱਕਰ ਹੈ ਹੁਣ ਤੁਹਾਡੇ ਸਾਹਮਣੇ ਆ ਜੋ ਵੀ ਅੱਜ ਦੇ ਟਾਈਮ 'ਚ ਆ ਘੱਟੋ ਘੱਟ 10-12 ਸਾਲ ਦੀ ਮਿਹਨਤ ਲੱਗੀ ਆ ਇਹ ਖੁਦ ਆ ਪੈਸੇ ਜੋੜ ਕੇ ਹਾਂਜੀ ਬਿਲਕੁਲ ਬਿਲਕੁਲ ਜੀ ਵੀ ਇਦਾਂ ਵੀ ਨਸ਼ੇ ਪੱਤੇ ਤੋਂ ਦੂਰ ਆ ਉਹਦੇ ਕਰਕੇ ਵੀ ਮੈਂ ਜਿੰਨੇ ਬਾਈਆਂ ਦੀ ਵੀਡੀਓ ਕਰਦਾ ਨਾ ਜਿਹੜੇ ਸ਼ੌਂਕ ਰੱਖਦੇ ਨੇ ਇਹਨਾਂ ਚੀਜ਼ਾਂ ਦਾ ਉਹੀ ਗੱਲ ਕਹਿੰਦੇ ਨੇ ਕਿ ਬਈ ਇਹ ਚੀਜ਼ਾਂ ਸਾਨੂੰ ਨਸ਼ੇ ਪੱਤੇ ਤੋਂ ਦੂਰ ਰੱਖਦੀਆਂ ਬਿਲਕੁਲ ਜੀ ਕੰਮਾਂ ਤੋਂ ਦੂਰ ਰੱਖਦੀਆਂ ਹੁਣ ਲਾ ਲਓ ਜੇ ਨੇ ਕਿਤੇ ਰੋਜ਼ ਦਾ ਲਾ ਲਓ ਵੀ ਦਾਰੂ ਹੀ ਪੀਣੀ ਆ 2000 ਰੁਪਈਆ ਰੋਜ਼ ਦਾ ਖਰਚਾ ਆ ਟਰੈਕਟਰ ਤੇ 2000 ਲਾਉਂਗੇ ਤੁਸੀਂ ਟਰੈਕਟਰ ਕਿਸੇ ਦੇ ਕਿਤੇ ਗੱਲ ਹੋ ਜਾਣੀ ਨਾਲੇ ਤੁਹਾਡੇ ਕੀਤੇ ਚ ਆਉਂਦਾ ਆ ਜੀ ਭਾਜੀ ਆਪਾਂ ਪਿੱਛੇ ਆਏ ਸੀ ਟਰੈਕਟਰ ਦੇ ਤੇ ਬਾਪਾ ਸ਼ਾਰਟ ਲੈ ਲਏ ਸੀ ਸਾਰੇ ਉਦੋਂ ਪਰ ਫਿਰ ਆਪਾਂ ਹੁਣ ਦੁਬਾਰੋ ਲੈਣ ਲੱਗੇ ਇੱਕ ਆਪਣੇ ਭਾਈ ਜਦੋਂ ਆਹ ਹੁੱਡ ਲਾਉਂਦੇ ਆ ਨਾ ਆਪਣੇ ਮਰਗਾੜ ਪਾਟਣ ਦੇ ਜਦੋਂ ਆਪਣੇ ਪਿੱਲੋ ਪਾੜ ਗਏ ਸੀਗੇ ਬਹੁਤ ਕੰਪਲੇਟ ਆਉਂਦੀ ਆ ਵੈਸੇ ਪਾਟਣ ਦਾ ਮੇਨ ਕਾਰਨ ਭਾਜੀ ਕੀ ਹੁੰਦਾ ਮੇਨ ਆਪਣਾ ਕਾਰਨ ਹੁੰਦਾ ਆਹ ਜਿਹੜੀ ਆਪਣੀ ਪੱਤੀ ਬਹੁਤ ਬਰੀਕ ਲਾਉਂਦੇ ਆ ਜਦੋਂ ਇਹ ਹਿੱਲਦੀ ਆ ਤੇ ਉਹ ਸਾਰਾ ਜ਼ੋਰ ਪੈਂਦਾ ਆਪਣੇ ਆਹ ਕਲੰਪਾਂ ਦੇ ਆਹ ਤੁਹਾਡੇ ਸਾਹਮਣੇ ਕਲੰਪ ਹੁਣ ਖੋਲ ਹੀ ਦਿੱਤੇ ਆ ਤਕਰੀਬਨ ਆਹ ਮਜ਼ਬੂਤ ਲਾਉਣ ਨਾਲ ਹੁਣ ਵਾਈਬ੍ਰੇਸ਼ਨ ਆਉਣੋਂ ਹਟ ਗਈ ਆ ਤੇ ਇੱਕ ਇਧਰਲੀ ਸਾਈਡ ਆਪਣੇ ਚੈਨਲ ਲਾਇਆ ਵਿੱਚ ਅੰਦਰਲੀ ਸਾਈਡ ਵਿੱਚ ਲਾਇਆ ਵਿੱਚ ਬਿੱਲੇ ਇੱਕ ਵਾਰੀ ਵਿੱਚੋਂ ਦਿਖਾ ਲਦੇ ਤੇ ਇਹ ਭਾਜੀ ਇਹ ਜਿਹੜਾ ਆਹ ਥੱਲੇ ਲਾਇਆ ਹੋਇਆ ਬਾਹਲੀ ਮੋਟੀ ਪੱਤੀ ਲਾਈ ਹੋਈ ਆ ਨਾ ਹਾਂਜੀ ਇਹ ਫਿਰ ਆਪਣੇ ਟਾਇਰ ਵੀ ਇੱਕ ਵੱਡੇ ਪਾਏ ਸੀਗੇ ਉਹਦੇ ਗੁੱਟ ਕੇ ਵੱਡੇ ਲਾਏ ਆ ਫਿਰ ਚੋਪੜਾ ਆਪਣਾ ਤੁਹਾਨੂੰ ਦੱਸਿਆ ਬੰਪਰ ਵਾਲਾ ਜਿਹੜਾ ਉਹਨੇ ਇਹ ਗਾਰਡ ਕੱਢੀ ਆ ਕਿਉਂਕਿ ਜਦੋਂ ਗੰਨਿਆਂ ਦੇ ਆਪਣਾ ਟਰੈਕਟਰ ਚੱਕ ਹੁੰਦਾ ਮਗਰ ਨਾਲ ਲੱਗਦਾ ਜਾਨੀ ਆਮ ਹੁੱਡਾਂ ਆਪਣੀਆਂ ਇੱਥੋਂ ਟੁੱਟ ਜਾਂਦੀਆਂ ਹਾਂਜੀ ਕਿਉਂ ਪੱਤੀ ਬਰੀਕ ਹੁੰਦੀ ਆ ਮੋਟੀ ਪੱਤੀ ਇਸ ਕਰਕੇ ਲਈ ਟਰੈਕਟਰ ਜਿੰਨਾ ਮਰਜ਼ੀ ਚੱਕ ਹੋ ਕੇ ਵਿੱਚ ਲੱਗ ਜਾਵੇ ਟੁੱਟਦਾ ਜਿੱਦਾਂ ਓਰੀਜਨਲ ਫਿਟਿੰਗ ਆਉਂਦੀ ਆ ਟਰੈਕਟਰਾਂ ਦੀ ਉਹ ਚੀਜ਼ ਉਹਨਾਂ ਨੇ ਕਰਕੇ ਇਹ ਦਿੱਤੀ ਆਪਾਂ ਨੂੰ ਅੱਛਾ ਜੀ ਹਾਂਜੀ ਹਾਂਜੀ ਇਹ ਵੀ ਜਿਗਾੜ ਵਧੀਆ ਕੀਤਾ ਹੋਇਆ ਬਾਈ ਹੁਣਾਂ ਨੇ ਤੇ ਹੋਰ ਗੱਲ ਕਰਦੇ ਆ ਭਾਜੀ ਆਪਾਂ ਚਲੋ ਹੋਰ ਨਾਲ ਦੀ ਨਾਲ ਹੋਰ ਇਨਫੋਰਮੇਸ਼ਨ ਲਈ ਜਾਓ ਜੀ ਇੱਕ ਭਾਜੀ ਖੋਲ ਹੀ ਲਿਆ ਹਾਂਜੀ ਹਾਂਜੀ ਇੱਕ ਆਪਣੇ ਆ ਟਾਇਰ 16 ਨਾਲ 30 ਦੇ ਪਏ ਆ ਅੱਛਾ ਪੱਲੋਂ ਇਹਨੂੰ 14 ਦੇ ਆਏ ਸੀਗੇ ਉਸ ਤੋਂ ਬਾਅਦ ਆਪਾਂ ਪਾਏ ਫੇ ਅਪੋਲੋ ਦੇ ਤੇ ਉਹ ਵੀ ਗਰਮ ਹੋ ਕੇ ਪਾੜ ਗਏ ਅੱਛਾ ਉਹ ਗਰਮ ਹੋ ਕੇ ਇੱਥੇ ਸਮੱਸਿਆ ਆਉਂਦੀ ਟਰੈਕਟਰ ਦੇ ਪਾੜ ਜਾਂਦੇ ਆ ਵੱਡੀ ਟਰਾਲੀ ਦੇ ਜਦੋਂ ਜ਼ਿਆਦਾ ਓਵਰਲੋਡ ਪਾਉਂਦੇ ਆ ਉਸ ਤੋਂ ਬਾਅਦ ਪਾਏ ਐਮ ਆਰ ਐਫ ਦੇ ਇਹਨਾਂ ਦੇ ਸੀਗੇ ਸ਼ਕਤੀ ਪਲੱਸ ਉਹਦੀ ਗੁੱਲੀ ਟੇਢੀ ਸੀ ਉਹ ਵੀ ਸਾਲਾ ਇੱਥੋਂ ਹੀ ਗਰਮ ਹੋ ਕੇ ਪਾੜ ਗਿਆ ਹੁਣ ਇਸੇ ਕਰਕੇ ਆ ਵੀ ਆਪਣੀ ਕੰਪਨੀ ਵਾਲਿਆਂ ਨੇ ਉਦਾਂ ਟਾਇਰ ਦਿੱਤੇ ਆ ਡੈਮੋ ਦੇ ਐਮ ਆਰ ਐਫ ਦੇ ਹੀ ਟਾਇਰ ਆ 16-9-30 ਦੇ ਇਹ ਉਸ ਤੋਂ ਵੱਧ ਵਜੇ ਚੱਕਦੇ ਆ ਤਾਂ ਕਰਕੇ ਪਾਏ ਆ ਕਿੰਨੇ ਕੁ ਟਾਇਰ ਪਾੜੇ ਆ ਹੁਣ ਤੱਕ ਆਪਣੇ ਭਾਜੀ ਲਾ ਲਓ ਵੀ 3 ਜੋੜੀਆਂ ਪਾੜ ਗਈਆਂ ਜੀ ਹਾਂਜੀ ਜੈਸੇ ਆਪਾਂ 16-9-30 ਦੀ ਗੱਲ ਕਰੀਏ ਇਹ ਆਮ ਤੌਰ ਤੇ ਕਿਹੜੇ ਟਰੈਕਟਰ ਨੂੰ ਆਉਂਦਾ ਇਹ ਆਮ ਤੌਰ ਤੇ ਆਪਾਂ ਨੂੰ ਜੀ 65-75 HP ਦੇ ਟਰੈਕਟਰ 'ਚ ਮਿਲਦੇ ਆ ਅੱਛਾ ਕਈ 75-18 ਦੇ ਟਾਇਰ ਵੀ ਦਿੰਦੇ ਆ ਨਹੀਂ ਤਾਂ ਜ਼ਿਆਦਾਤਰ 16-9-30 ਦੇ ਟਾਇਰ ਹੀ ਮਿਲਦੇ ਆ ਠੀਕ ਆ ਮੈਂ ਤਾਂ ਹੁਣ ਬਹਿਸ ਬਸ ਇਸੇ ਗੱਲ ਤੇ ਹੀ ਹੁੰਦਾ ਹੈ ਕਿ ਬਾਈ ਇਹ 75 ਆ ਹਨਾ ਹਾਂਜੀ 75 ਆ ਇੱਕ ਆਪਣੇ ਵੱਲੋਂ ਸੀਗੇ 14-9 ਉਹ 16 ਨੰਬਰ ਟਾਇਰ ਹਾਂਜੀ ਉਹ ਆਪਣਾ ਵੀ ਟਾਇਰ ਘਸ ਗਿਆ ਇਸ ਕਰਕੇ ਹੁਣ ਟੈਂਪਰੇਰੀ ਆ 11 ਨੰਬਰ ਪਾਏ ਉਹ ਟਾਇਰ ਨਹੀਂ ਹਜੇ ਮਿਲੇ ਪਟਿਆਲੇ ਤੋਂ ਮੰਗਾਏ ਸੀਗੇ ਵੈਸੇ ਬਾਈ ਇਹਨਾਂ ਟਾਇਰਾਂ ਦਾ ਬੈਨੀਫਿਟ ਕੀ ਹੁੰਦਾ ਜੇ ਆਪਾਂ ਇਹ ਪਾਉਨੇ ਆ ਇਹ ਜਿੱਦਾਂ ਹੁਣ ਆ ਤੁਹਾਡੇ ਸਾਹਮਣੇ ਆ ਸਰਾਖ ਦੀਦਾ ਹੀ ਆ ਇਹ ਤੇ ਆਪਾਂ ਵੇਟ ਪਾਈਦਾ ਵਿੱਚ ਅੰਦਰਲੀ ਸਾਈਡ ਹਾਂਜੀ ਵੇਟ ਆਪਣਾ ਲਗਭਗ ਹੋ ਜਾਂਦਾ 4 ਕੁਇੰਟਲ ਦੇ ਲੱਗੇ ਕਿਉਂ ਟਰਾਲੀ ਲੰਬੀ ਆ ਜਿਹੜੇ ਉਹ ਬਰੀਕ ਆ ਉਹ 7-50 ਦੇ ਟਾਇਰ ਆ ਹਾਂਜੀ ਉਹ ਤੇ ਜਦੋਂ ਵੇਟ ਇੰਨਾ ਪਾਉਂਦੇ ਆ ਉਹ
ਥੱਲੇ ਦੱਬ ਜਾਂਦਾ ਜਦੋਂ ਕਿਤੇ ਗਿੱਲੇ ਥਾਂ 'ਚ ਆਉਂਦਾ ਟਰੈਕਟਰ, ਕਿਉਂਕਿ ਮੂਲੇ ਟਾਇਰ ਜੋਰ ਨਹੀਂ ਮਾਰਦੇ ਉਹ ਥੱਲੇ ਦੱਬ ਜਾਂਦਾ, ਉਹਦੇ ਕਾਰਨ ਸਲਿੱਪ ਕੱਢਦਾ ਰਹਿੰਦਾ। ਠੀਕ ਆ। ਇੰਨਾ ਭਾਰ ਬੰਡ ਹੋ ਜਾਂਦਾ, ਜਿੰਨਾ ਖੁੱਲ੍ਹਾ ਹੋਈ ਜਾਂਦਾ ਟਾਇਰ ਉਹਨਾਂ ਟਾਇਰ ਭਾਰ ਬੰਡ ਹੋਈ ਜਾਂਦਾ ਆ। ਅੱਛਾ, ਇਹਦਾ ਇਹਦੇ ਕਰਕੇ ਹਾਂਜੀ ਇੱਕ ਗ੍ਰਿਪ ਬਣਦੀ ਆ। ਠੀਕ ਆ। ਜੇ ਬਾਕੀ ਹੁਣ ਟੌਰ ਨੂੰ ਤਾਂ ਤੁਹਾਨੂੰ ਪਤਾ ਵੀ ਹਰੇਕ ਕੋਈ ਪਾਉਂਦਾ ਹੀ ਆ। ਮੇਨ ਆਪਾਂ ਯਾਨੀ ਕਿ ਉਦੋਂ 14 ਨੰਬਰ ਇਸ ਕਰਕੇ ਪਾਏ ਸੀ, ਉਹ ਬਾਹਰ ਟਰੈਕਟਰ ਸੋਲਸ ਕੋਈ ਐਕਸਪੋਰਟ ਹੁੰਦਾ ਆ 2 ਵੀਲ। ਹਾਂਜੀ, ਸੋਨਾਲੀਕਾ ਦਾ ਨਾ। ਹਾਂਜੀ ਹਾਂਜੀ, ਉਹ 110 HP ਸੀ, ਉਹਨੂੰ ਆਉਂਦੇ ਸੀ 14 ਨੰਬਰ ਉਹ ਟਾਇਰ ਜਿਹੜੇ ਪਾਏ ਸੀਗੇ ਆਪਾਂ। ਠੀਕ ਆ ਜੀ। ਉਹ ਵੀ ਆਪਣਾ ਪਟਿਆਲੇ ਵਾਲੇ ਬੰਦੇ ਨੇ ਸਲਾਹ ਦਿੱਤੀ ਸੀ, ਉਸ ਤੋਂ ਬਾਅਦ ਵਧੀਆ ਚੱਲਿਆ, ਫੇਰ ਹੁਣ 11 ਪਾਏ ਆ। ਅੱਛਾ, ਹੁਣ ਜਦੋਂ ਉਹ ਆਉਣਗੇ ਫੇਰ ਪਾਵਾਂਗੇ। ਠੀਕ ਆ ਜੀ। ਹਾਂਜੀ ਹਾਂਜੀ। ਤੇ ਬਾਈ ਹੁਣ ਟਰੈਕਟਰ ਤੁਸੀਂ ਦੇਖ ਲਓਗੇ, ਉਹ ਰੀਲਾਂ ਬਣਦੀਆਂ, ਮੈਂ ਫੇਰ ਇੱਕ ਵਾਰੀ ਦੱਸ ਦਿੰਦਾ, ਉਹ ਕਹਿੰਦੇ ਟਾਇਰ ਤਾਂ ਜਹਾਜ਼ਾਂ ਵਾਲੇ ਪਾਈ ਕਰਦੇ, ਜਹਾਜ਼ਾਂ ਵਾਲੇ ਟਾਇਰ ਪਾਏ ਹੋਣ ਨਾ ਟਰੈਕਟਰ। ਬਿਲਕੁਲ, ਇੱਕ ਆ ਇਹਦਾ ਭਾਈ ਦੇਖ ਲਓ ਵੀ ਟਰਬੋ ਹੈ ਨੀਗਾ, ਬਹੁਤ ਜ਼ਿਆਦਾ ਬੈਂਸ ਵਧਾਈ ਇਸ ਗੱਲ ਦੀ ਹੁੰਦੀ। ਪਹਿਲੇ ਦਿਖਾ ਲਓ ਇੱਕ ਵਾਰੀ, ਹੁੱਡ ਖੋਲ ਕੇ ਦਿਖਾ ਲਓ। ਆ ਦੇਖ ਲਓ, ਕਹਿੰਦੇ ਟਰਬੋ ਨੀਗਾ ਲੱਗਾ। ਟਰੈਕਟਰ ਓਰੀਜਨਲ ਟਰੈਕਟਰ ਆ, ਓਰੀਜਨਲ ਟਰੈਕਟਰ ਆ ਬਾਈ, ਬਸ ਸਰਵਿਸਾਂ ਕਰਾਈ ਦੀਆਂ। ਮਾੜਾ ਮੋਟਾ ਕੰਮ ਹੈ ਆਪਣਾ, ਕਾਲਾ ਭਾਜੀ ਕਰ ਦਿੰਦਾ ਕਾਲੇ ਬੱਕਰੇ ਵਾਲਾ। ਹਾਂਜੀ। ਅੱਛਾ, ਤੇ ਬੈਂਸ ਵਧੀਆ ਵੈਸੇ ਉਦੋਂ ਬਹੁਤਾ ਕਿਹੜੀ ਗੱਲ ਤੇ ਹੁੰਦਾ? ਇੱਕ ਟਰਬੋ ਤੇ ਇੱਕ ਹੁੰਦਾ ਵੀ ਇਹ ਟਰੈਕਟਰ ਦਾ ਇੰਜਨ ਵੱਡਾ ਆ। ਇੰਨਾ ਕੁ ਬੈਂਸ ਗਏ ਅਸੀਂ ਤੱਕ ਗਏ ਹਾਂ ਵੀ, ਸਿਆਣੇ ਸਿਆਣੇ ਬੰਦੇ ਵੀ ਬਹਿੰਦੇ ਆ ਜੀ, ਜਿਹਨਾਂ ਨੂੰ ਜਾਣੀ ਬਹੁਤ ਚਿਰ ਹੋ ਗਏ ਟਰੈਕਟਰ ਚਲਾਉਂਦਿਆਂ ਨੂੰ, ਲੋਕ ਚਲਾ ਕੇ ਦੇਖਦੇ ਆ ਇਹਨੂੰ, ਚਲਾ ਕੇ ਦੇਖਦੇ ਫੇਰ ਇਹੀ ਗੱਲ ਕਹਿੰਦੇ ਨਹੀਂ ਟਰੈਕਟਰ ਦਾ ਇੰਜਨ ਬਦਲਿਆ। ਅੱਛਾ। ਹਾਂਜੀ, ਟਰੈਕਟਰ ਫੀਲ ਵਧੀਆ ਦਿੰਦਾ ਨਾ ਉੱਤੇ, ਵਧੀਆ ਫੀਲ ਦਿੰਦਾ ਜੀ, ਵਧੀਆ ਲੋਹਾ ਨਿਕਲਿਆ ਲਾ ਲਓ। ਹਾਂਜੀ, ਇਹ ਲੋਹਾ ਵਧੀਆ ਨਿਕਲਿਆ ਤੇ ਕਹਿੰਦੇ ਆ ਤੁਸੀਂ ਇੰਜਨ ਇੰਨਾ ਤਕੜਾ ਇਹਦਾ ਲੱਗਦਾ, ਇਹ ਦੌੜਦਾ ਵੀ ਤਕੜਾ ਹੋਣਾ ਫੇਰ ਤਾਂ। ਹਾਂਜੀ, ਇਹਦੀ ਸਪੀਡ ਯਾਨੀ ਕਿ ਰੋਡ ਤੇ 80 ਤੋਂ ਪਲੱਸ ਆ, 80 ਪਲੱਸ ਜਾਂਦਾ ਆ। ਹਾਂਜੀ, ਕੋਈ ਬਿਨਾ ਕਿਸੇ ਛੇੜ ਛਾੜ, ਬਸ ਹਾਂਜੀ, ਪੰਪ ਤੋਂ ਹੀ ਕੀਤਾ, ਨਾ ਕੋਈ ਗਰਾਰੀ ਪਾਈ ਨਾ ਕੁਝ ਹੋਰ ਕੀਤਾ ਆ। ਇੱਕ ਇਹਨੂੰ ਡਰਾਈ ਏਅਰ ਕਲੈਂਡਰ ਲਾਇਆ ਆ। ਅੱਛਾ, ਉਹ ਵੀ ਆਪਾਂ ਨੂੰ ਕੰਪਨੀ ਵਾਲਿਆਂ ਨੇ ਚਲੋ ਮਸ਼ਹੂਰੀ ਕਰਕੇ ਲਾ ਲਓ ਦੇਤਾ, ਫ੍ਰੀ ਦੇਤਾ, 14,000 ਦਾ ਏਅਰ ਕਲੈਂਡਰ ਆਉਂਦਾ ਆ। ਅੱਛਾ, ਡਰਾਈ ਦਾ। ਅੱਛਾ, ਉਹਨਾਂ ਨੂੰ ਪਤਾ ਹੈ ਕਿ ਬਾਈ ਹੁਣ ਇੰਸਟਾਗ੍ਰਾਮ ਉੱਤੇ ਖਾਸੇ ਬੰਦੇ ਦੇਖਦੇ ਨੇ। ਹਾਂਜੀ, ਪਰ ਤੁਹਾਡੇ ਪਿਛਲੇ ਟਾਇਰ ਵੀ ਤੁਹਾਨੂੰ ਐਵੇਂ ਮਿਲੇ ਨੇ ਡੈਮੋ ਤੌਰ ਤੇ? ਇਹ ਡੈਮੋ ਦੇ ਮਿਲੇ ਜੀ MRF ਵਾਲਿਆਂ ਤੋਂ। ਅੱਛਾ, ਇਹ ਵੀ ਡੈਮੋ ਹੀ ਮਿਲੀ ਜੀ ਤੁਹਾਨੂੰ? ਦੱਸਾਂ ਦਾ ਨੇ, ਦੂਜੇ ਜਿਹੜੇ ਪਏ ਆ ਉਹ ਵੀ ਡੈਮੋ ਵਾਲੇ ਘਰੇ ਪਏ ਆ। ਇਹ ਜਾਨੀ ਕਿ ਆਪਾਂ ਨੂੰ ਮਹੀਂ ਪਏ ਸੀਗੇ ਵੀ 20,000 ਦੇ ਜੋੜੀ ਪਈ ਆ। ਤੇ ਵੈਸੇ ਜੇ ਨਾਰਮਲ ਕਿਸੇ ਨੇ ਲੈਣੀ ਹੋਵੇ ਕਿੰਨੇ ਦੀ ਪੈਂਦੀ ਆ? ਮੇਰੇ ਹਿਸਾਬ ਨਾਲ ਜੀ 70,000 ਦੇ ਲੱਗੇ ਹੋਣਾ ਜੀ। ਇਹ ਫੇਰ ਤਾਂ ਇੱਕ ਹਿਸਾਬ ਨਾਲ ਕਹਿ ਦਈਏ ਮੁਫਤ 'ਚ ਹੀ ਮਿਲੀ ਹੋਆ। ਬਿਲਕੁਲ ਜੀ, ਬਸ ਰੱਬ ਵੱਲੋਂ ਨਾ ਮਿਲਿਆ ਕਰਕੇ। ਹਾਂਜੀ 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 ਹਾਂਜੀ, ਤੇ ਤੁਸੀਂ ਦੇਖ ਸਕਦੇ ਮਿੱਤਰੋ, ਬਾਈ ਹੁਣੀ ਸਹੀ ਗੱਲ ਕਹਿੰਦੇ ਕਿ ਲੋਹਾ ਜਿਹਨੂੰ ਕਹਿੰਦੇ ਕਰਮ ਵਾਲਾ ਲੋਹਾ। ਬਿਲਕੁਲ, ਹੈ ਨਾ, ਕਿ ਤੁਹਾਡੀਆਂ ਇੰਸਟਾਗ੍ਰਾਮ ਦੀਆਂ ਰੀਲਾਂ ਵੀ ਮਿਲਣਾ ਤਾਂ ਇਦੋਂ ਬਾਅਦ ਚੱਲੀਆਂ ਨੇ। ਹਾਂਜੀ, ਆਹ ਟਰੈਕਟਰ ਜਦੋਂ ਦਾ ਲਾਇਆ ਜਾਣੀ ਕਿ ਰੀਲਾਂ ਦੇ ਆ, ਬਸ ਕਿਸੇ ਨੇ ਕੋਈ ਗੱਲ ਕਹਿਤੀ ਸੀਗੀ ਵੀ ਤੁਸੀਂ ਰੀਲ ਆਪਾਂ ਅੱਗੇ ਚਲਾ ਕੇ ਦਿਖਾਓ। ਅੱਛਾ, ਬਾਬੇ ਦੀ ਮਿਹਰ ਚੱਲਦੀ ਆ, ਮੁਕਾਬਲਿਆਂ ਤੇ ਲੈ ਕੇ ਜਾਂਦੇ ਹੋ? ਨਹੀਂ, ਮੁਕਾਬਲਿਆਂ ਵਾਲਾ ਕੰਮ ਆਪਾਂ ਨੂੰ ਵਧੀਆ ਨਹੀਂ ਲੱਗਦਾ ਜੀ। ਚਲੋ ਜਿਹਨਾਂ ਨੂੰ ਪਾਉਂਦਾ ਸਹੀ ਆ, ਪਰ ਸਾਡਾ ਖੇਤੀ ਦਾ ਕੰਮ ਹੀ ਨਹੀਂ ਮੁੱਕਦਾ, ਉਹਦੇ ਕਰਕੇ ਨਾ ਕਦੀ ਇਧਰ ਨੂੰ ਕੋਈ ਇੰਟਰਸਟ ਦਿੱਤਾ ਇਹ ਚੀਜ਼ ਨੂੰ। ਟੋਜਨ ਮੁਕਾਬਲੇ, ਤਵੀਆਂ ਮੁਕਾਬਲੇ ਕਿਸੇ ਮੁਕਤੇ ਨਹੀਂ ਜਾਂਦੇ ਜੀ। ਹਾਂਜੀ, ਉਹਦੇ ਕੋਸ਼ਿਸ਼ ਕੀਤੀ ਕਦੀ? ਕੋਸ਼ਿਸ਼ ਨਹੀਂ, ਇੱਕ ਦੋ ਚੱਕਰ ਜੇ ਪਏ ਸੀਗੇ ਟਰੈਕਟਰ ਦੜਾਉਣ ਨੂੰ ਤਿਆਰ ਕੀਤਾ, ਅਗਲੇ ਕਹਿੰਦਾ ਨਹੀਂ ਦੜਾਉਣਾ, ਬਸ ਗੱਲ ਖਤਮ। ਉਹ ਟਰੈਕਟਰ ਉਦਾਂ ਦਾ ਹੀ ਕਵਾੜ ਹੀ ਪਿਆ ਰਿਹਾ ਸਾਡੇ ਕੋਲ ਪਿਆ। ਚੀਜ਼ਾਂ ਉਹ ਵਧੀਆ ਨਹੀਂ, ਜੇ ਖੇਤੀ ਤੌਰ 'ਤੇ ਲਾਇਆ ਜਾਵੇ ਆਪਾਂ ਉਹੀ ਕੰਮ ਕਰਦੇ ਹਾਂ। ਹਾਂਜੀ, ਤੇ ਵੈਸੇ ਤੁਹਾਡੇ ਕੋਲ ਕਿੰਨੇ ਖੇਤਾਂ ਦੀ ਖੇਤੀ ਹੈਗੀ ਇਸ ਵੇਲੇ? 70 ਖੇਤਾਂ ਦੀ ਹੈ ਜੀ, ਜਿਹੜਾ 10 ਖੇਤ ਆਪਣੇ ਆ। ਅੱਛਾ, ਬਾਕੀ 60 ਠੇਕੇ ਦੇ ਆ। 60 ਠੇਕੇ ਦੇ? ਅੱਛਾ ਹਾਂਜੀ। ਤੇ ਟੋਟਲ ਕਿੰਨੇ ਟਰੈਕਟਰ ਤੁਹਾਡੇ ਕੋਲ ਇਸ ਵੇਲੇ ਹੈਗੇ ਨੇ? 3 ਟਰੈਕਟਰ ਆ ਜੀ। ਠੀਕ ਆ। ਹਾਂਜੀ, ਤੇ ਜੇ ਦੇਖਿਆ ਜਾਵੇ 70 ਖੇਤਾਂ ਦੀ ਖੇਤੀ ਦੇ ਹਿਸਾਬ ਨਾਲ ਟਰੈਕਟਰ ਤੁਹਾਨੂੰ ਵੱਡੇ ਚਾਹੀਦੇ ਨੇ। ਹਾਂਜੀ, ਹੁਣ ਸਾਡਾ ਭਈਆ ਵੀ ਇੱਕੋ ਹੀ ਆ, ਤੁਹਾਨੂੰ ਹੋਰ ਕੀ ਦੱਸੀਏ। ਅੱਛਾ, ਸਾਰਾ ਆਪ ਹੀ ਕਰਦੇ ਹੋ ਨਾ? ਹਾਂਜੀ, ਭਈਆ ਦੇ ਬਾਪੂ ਦੇ ਮੈਂ 3 ਜਣੇ ਹੀ ਆ, ਕੋਈ ਬੰਦਾ ਨਹੀਂ ਵਾਧੂ ਰੱਖਿਆ। ਤੇ ਜਿਵੇਂ ਹੁਣ ਵੀਡੀਓ ਥੱਲੇ ਗਈ ਵੀ ਕਮੈਂਟ ਕਰਨਗੇ, ਇਹ ਗੱਲ ਤਾਂ ਸਹੀ ਆ ਕਿ ਕਮੈਂਟ ਆਉਂਦੇ ਨੇ? ਆਉਂਦੇ ਜੀ, ਆਉਂਦੇ ਬਿਲਕੁਲ। ਤੁਸੀਂ ਪੈਸਾ ਖਰਾਬ ਕਰਦੇ, ਤੁਸੀਂ ਲੋਕਾਂ ਨੂੰ ਵਿਗਾੜਦੇ ਹੋ। ਦੇਖਿਆ ਜਾਵੇ ਤਾਂ ਇਹ ਵੀ ਗੱਲ ਸਹੀ ਆ ਕਿ ਭਈਆ ਤੁਹਾਡੇ ਕੋਲ ਇੱਕ ਆ, ਬਿਲਕੁਲ ਵੀ ਸਾਰਾ ਤੁਸੀਂ ਆਪ ਕਰਦੇ ਹੋ। ਬਿਲਕੁਲ ਜੀ, ਕਿਸੇ ਵੀਰ ਨੇ ਤੁਹਾਨੂੰ ਮਿਲਣਾ ਹੋਵੇ ਇੱਕ ਵਾਰੀ ਸਾਰਿਆਂ ਨੂੰ ਨਾ ਆਪਾਂ ਐਡਰੈਸ ਇੱਕ ਵਾਰੀ ਚੰਗੀ ਤਰ੍ਹਾਂ ਦੱਸ ਦਿੰਦੇ ਜਿੱਥੇ ਆਉਣਾ ਹੋਵੇ। ਬਿਲਕੁਲ ਜੀ, ਜਲੰਧਰ ਦੇ ਲਾਗੇ ਆਪਣਾ ਮੇਨ ਮਸ਼ਹੂਰ ਹੈਗਾ ਕਿਸ਼ਨਗੜ੍ਹ DAV ਯੂਨੀਵਰਸਿਟੀ। ਹਾਂਜੀ, ਇਹਦੇ ਲਾਗੇ ਪਿੰਡ ਪੈਂਦਾ ਅਲਾਵਰਪੁਰ, ਅਲਾਵਰਪੁਰ ਤੋਂ ਧੂੜੀ ਰੋਡ ਦੇ ਗੱਬੇ ਪਿੰਡ ਸਿਕੰਦਰਪੁਰ ਪੈਂਦਾ ਜੀ, ਤੇ ਗੁਰਦੁਆਰਾ ਸਾਹਿਬ ਦੇ ਕੋਲ ਆਪਣਾ ਘਰ ਆ।